ਸਵਾਗਤ ਹੈ ਦੋਸਤੋ ਅੱਜ ਆਪਾਂ ਇੱਕ ਬਹੁਤ ਵਧੀਆ ਸ਼ਾਨਦਾਰ ਸ਼ੋਅ ਕੁਆਲਿਟੀ ਦੀ ਵਸ਼ੇਰੀ ਲੈ ਕੇ ਹਾਜ਼ਰੀ ਲਵਾਉਣ ਲੱਗੇ ਆ ਆਪਣੇ ਚੈਨਲ ਤੇ ਵਸ਼ੇਰੀ ਪੂਰੀ ਟਾਪ ਕੁਆਲਿਟੀ ਦੀ ਹੈ ਹਾਈਟ ਪੂਰੀ ਹੈ ਲੰਬਾਈ ਪੂਰੀ ਹੈ ਬਾਕੀ ਜਿਹੜੀ ਇਹਦੀ ਬਲੱਡ ਲਾਈਨ ਹੈ ਉਹ ਬਹੁਤ ਵਧੀਆ ਹੈ ਮਾਲੇ ਪਾਸਿਓਂ ਵੀ ਤੇ ਪਿਓ ਵਾਲੇ ਪਾਸਿਓਂ ਵੀ ਹੱਡਾਂ ਪੈਰਾਂ ਦੀ ਵਧੀਆ ਲੰਬਾਈ ਬਹੁਤ ਹੈ ਹਾਈਟ ਤਾਂ ਦੋਸਤੋ ਜਿਹੜੀ ਇਹ ਚੰਗੇ ਘੋੜੇ ਜਿੰਨੀ ਕਰੀ ਬੈਠੀ ਹੈ ਹੁਣੇ ਹੀ ਬੇਸ਼ੇਰੀ 62 ਇੰਚ ਹਾਈਟ ਹੈ ਇਹਦੀ ਫੱਟੀ ਵਾਲੀ ਤੇ ਉਮਰ ਜੇ ਮੈਂ ਤੁਹਾਨੂੰ ਦੱਸਾਂ ਤਾਂ 1.75 ਮਹੀਨੇ ਉਮਰ ਹੈ ਇਹਦੀ ਹਲੇ 1.75 ਮਹੀਨੇ ਦੀ ਉਮਰ ਹੈ ਸਾਰੀ ਹਲੇ ਇਹਦੀ ਤੇ ਹਾਈਟ ਇਹ ਪੂਰੀ ਚੰਗੇ ਘੋੜੇ ਜਿੰਨੀ ਕਰ ਲਗੀ ਕਰ ਗਈ ਆ ਹੋਣੀ ਤੇ ਅੱਗੇ ਜਿਹੜੀ ਇਹਨੇ ਹਾਈਟ ਹੋਰ ਕਰਨੀ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਅੱਗੇ ਹੋਰ ਹਾਈਟ ਕਿੰਨੀ ਕਰੂਗੀ ਬਾਕੀ ਸਾਰੇ ਪੱਖਾਂ ਤੋਂ ਵਧੀਆ ਵਾਲ ਪੋਰੀਆਂ ਦੀ ਸਾਫ ਹੈ ਸਾਰੇ ਪੱਖਾਂ ਤੋਂ ਪੂਰੀ ਵਧੀਆ ਹੈ ਬਲੱਡ ਲਾਈਨ ਦੀ ਜੇ ਮੈਂ ਗੱਲ ਕਰਾਂ ਤਾਂ ਪਿਓ ਵਾਲੇ ਪਾਸੋਂ ਟੌਪ ਦਾ ਘੋੜਾ ਮਲੂਕੇ ਵਾਲਾ ਅਲਬੰਦ ਉਹਦੀ ਧੀ ਹੈ ਇਹ ਅਲਬੰਦ ਘੋੜੇ ਦੀ ਤੇ ਜੇ ਮਾਂ ਦੀ ਆਪਾਂ ਗੱਲ ਕਰੀਏ ਤਾਂ ਮੇਰੇ ਵੀਰੋ ਮਾਂ ਇਹਦੀ ਸਮੁੰਦਰ ਜਿਹੜਾ ਘੋੜਾ ਹੈ ਮੈਂਟੂ ਰੋਡੇ ਵਾਲਾ ਉਹਦੀ ਧੀ ਹੈ ਜਿਹੜੀ ਇਹਦੀ ਮਾਂ ਹੈ ਉਹ ਵੀ 63.5 ਇੰਚ ਕੱਦ ਦੀ ਹੈ ਇਹਦੀ ਮਾਂ ਸੋ ਦੋਹਾਂ ਪਾਸਿਆਂ ਤੋਂ ਜਿਹੜੀ ਬਲੱਡ ਲਾਈਨ ਪੂਰੀ ਵਧੀਆ ਹੈ ਤਾਂ ਕਰਕੇ ਮੈਂ ਕਹਿ ਰਿਹਾ ਵੀ ਟਾਪ ਕੁਆਲਿਟੀ ਦੀ ਬਸ਼ੇਰੀ ਹੈ ਪੂਰੀ ਸਿਰੇ ਦੀ ਬਸ਼ੇਰੀ ਹੈ ਇਹ ਬਿਸ਼ੇਰੀ ਬਾਈ ਤਰਮਿੰਦਰ ਹੁਣਾ ਕੋਲ ਹੈ ਗੁੜੀ ਵਾਲੇ ਜਿਹੜੇ ਉਹਨਾਂ ਦੇ ਫਾਰਮ ਤੇ ਹੈ ਜਿਹੜਾ ਵੀ ਮੇਰਾ ਵੀਰ ਹੈ ਕੋਈ ਸ਼ਕੀਨ ਬੰਦਾ ਚੰਗਾ ਜਾਨਵਰ ਰੱਖਣ ਦਾ ਉਹ ਬਾਈ ਜੀ ਹੁਣਾ ਦੇ ਨਾਲ ਸੰਪਰਕ ਕਰ ਸਕਦਾ ਹੈ ਬਿਸ਼ੇਰੀ ਉਹਨਾਂ ਨੇ ਵੇਚਨੀ ਹੈ ਇਹ ਸੇਲ ਕਰਨੀ ਹੈ ਸੋ ਸ਼ੌਂਕੀ ਬੰਦਾ ਜਿਹੜਾ ਚੰਗੇ ਜਾਨਵਰ ਰੱਖਣ ਦਾ ਸ਼ੌਂਕੀ ਹੈ ਉਹ ਗੱਲ ਕਰੋ ਬਾਈ ਹੁਣਾ ਦੇ ਨਾਲ ਤੇ ਬਣਾਓ ਆਪਣੇ ਫਾਰਮ ਦਾ ਸ਼ਿੰਗਾਰ ਟਾਪ ਦੀ ਕੁਆਲਿਟੀ ਹੈ ਬਿਸ਼ੇਰੀ ਦੀ ਜੋ ਤੁਸੀਂ ਵੇਖੋਗੇ ਫਿਰ ਤੁਹਾਨੂੰ ਪਤਾ ਲੱਗਣਾ ਮੇਰੇ ਕਹਿਣ ਦੇ ਨਾਲ ਕੱਲਾ ਨਹੀਂ ਤੁਸੀਂ ਆਪ ਹੀ ਦੇਖੋ ਕਰੋ ਗੱਲ ਬਾਈ ਹੁਣਾਂ ਦੇ ਨਾਲ ਖੜਨੀ ਬੈਣੀ ਬਹੁਤ ਵਧੀਆ ਵਿਸ਼ੇ ਦੀ ਧੰਨਵਾਦ